ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਿਛਲੇ ਦਿਨੀ ਜੀਰਾ ਹਲਕੇ ਤੋਂ ਸਰਦਾਰ ਜਰਮੇਜਾ ਸਿੰਘ ਸੇਖੋਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ। ਆਉਣ ਵਾਲੇ 2022 ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ 100 ਦਿਨਾਂ ਦੇ ਵਿੱਚ 100 ਹਲਕੇ ਦੀ ਯਾਤਰਾ ਹਲਕਾ ਜੀਰੇ ਤੋਂ ਸ਼ੁਰੂ ਕੀਤੀ ਗਈ। ਉਸ ਯਾਤਰਾ ਦਾ ਪਾਂਧੀ ਬਣਨ ਦੇ ਲਈ ਸਰਦਾਰ ਗੁਰਬਾਜ ਸਿੰਘ ਸੇਖੋਂ ਬਘੇਲੇ ਵਾਲਾ ਵੱਲੋਂ ਵੱਡਾ ਕਾਫਲਾ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਵਿੱਚ ਸ਼ਾਮਲ ਹੋਏ, ਜਿਸ ਵਿੱਚ ਵੱਡੀ ਗਿਣਤੀ ਵਿੱਚ ਗੱਡੀਆਂ ਤੇ ਬੱਸਾਂ ਸ਼ਾਮਲ ਸਨ। ਗੁਰਬਾਜ ਸਿੰਘ ਸੇਖੋਂ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ 2022 ਦੇ ਵਿੱਚ ਸਰਦਾਰ ਜਨਮੇਜਾ ਸਿੰਘ ਸੇਖੋਂ ਨੂੰ ਹਲਕਾ ਜੀਰਾ ਤੋਂ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਵਾਈ ਜਾਵੇਗੀ। ਭਗਤ ਸਿੰਘ ਸੇਖੋਂ, ਜ਼ਿਲ੍ਹਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ, ਜੋ ਅੱਜ ਦਾ ਇਕੱਠ ਸ਼੍ਰੋਮਣੀ ਅਕਾਲੀ ਦਲ ਹਲਕਾ ਜੀਰਾ ਸਰਦਾਰ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਆ, ਉਹਨਾਂ ਨੂੰ ਜੀ ਆਇਆਂ ਕਹਿਣ ਨੂੰ ਸਮੁੱਚੇ ਨਗਰਾਂ ਦੀਆਂ ਸੰਗਤਾਂ ਹੋਮਾਂ ਆ ਕੇ ਜਾ ਰਹੀਆਂ ਨੇ, ਪੂਰਾ ਜੂਸ ਦੇ ਵਿੱਚ ਜੋਸ਼ ਏ। ਅਤੇ ਸਰਦਾਰ ਜਨਮੇਜਾ ਸਿੰਘ ਸੇਖੋਂ ਨੂੰ ਭਾਰੀ ਵੋਟਾਂ ਪਾ ਕੇ ਇੱਥੋਂ ਜਿਤਾਇਆ ਜਾਏਗਾ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਨਣ ਸਿੰਘ, ਪਿੰਡ ਕਲੀਨੋਂ ਬਾਅਦ ਤੋਂ ਸੰਗਤਾਂ ਦੇ ਨਾਲ ਇਕੱਠੇ ਬਹੁਤ ਵੱਡਾ ਇਕੱਠ ਹੋ ਰਿਹਾ। ਆਉਣ ਵਾਲੀ ਜਿਹੜੀ ਸਰਕਾਰ ਆ ਉਹ ਅਕਾਲੀ ਦਲ ਦੀ ਹੋਵੇਗੀ, ਇਸ ਵਾਸਤੇ ਸੰਗਤਾਂ 'ਚ ਬੜਾ ਉਤਸ਼ਾਹ ਆ। ਅਤੇ ਅਸੀਂ ਸਾਰੀਆਂ ਸੰਗਤਾਂ ਇਕੱਠੇ ਹੋ ਕੇ ਸਰਦਾਰ ਬਚਿੱਤਰ ਸਿੰਘ ਜੀ ਉਹਨਾਂ ਦੇ ਗ੍ਰਹਿ ਤੋਂ ਤਿਆਰ ਹੋ ਕੇ ਇੱਕ ਬੜੇ ਤਗੜੇ ਕਾਫਲੇ ਦੇ ਰੂਪ ਵਿੱਚ ਸਰਦਾਰ ਜਨਮੇਜਾ ਸਿੰਘ ਜੀ ਸੇਖੋਂ, ਉਹਨਾਂ ਦੇ ਜੋ ਇਕੱਠ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਰਹਿਨੁਮਾਈ ਹੇਠ ਗੁਰਦੁਆਰਾ ਸਿੰਘ ਸਭਾ ਜੀਰਾ ਵਿਖੇ ਹੋ ਰਿਹਾ ਹੈ, ਉਸ ਵਿੱਚ ਸ਼ਾਮਿਲ ਹੋਣ ਵਾਸਤੇ ਤੁਰੇ ਰਹੇ ਹਾਂ। ਇਸ ਵਾਸਤੇ ਆਉਣ ਵਾਲੀ ਜਿਹੜੀ ਸਰਕਾਰ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ ਅਤੇ ਲੋਕਾਂ ਦੇ ਜਿਹੜੇ ਮਸਲੇ ਆ ਉਹ ਸਾਰੇ ਹੱਲ ਹੋ ਜਾਣਗੇ। ਇਸ ਵਾਸਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਸੁਖਬੀਰ ਸਿੰਘ ਬਾਦਲ ਨੂੰ ਕਾਮਯਾਬ ਕਰੀਏ, ਤਾਂ ਕਿ ਸਮੁੱਚੇ ਪੰਜਾਬ ਨੂੰ ਆਪਾਂ ਵਧੀਆ ਰਹਿਨੁਮਾਈ ਵਾਲਾ ਲੀਡਰ ਜਿਹੜਾ ਉਹ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਜਸਵੀਰ ਸਿੰਘ ਉੱਪਲ, ਅੱਜ ਇਕੱਠ ਬਘੇਲੇ ਵਾਲੀ ਮੰਡੀ 'ਚ ਜਹਿਦਾਰ ਬਚਿੱਤਰ ਸਿੰਘ ਸੇਖੋਂ, ਸਰਦਾਰ ਗੁਰਬਖਸ਼ ਸਿੰਘ ਸੇਖੋਂ ਜ਼ਿਲ੍ਹਾ ਪ੍ਰਧਾਨ ਫੈਡਰੇਸ਼ਨ ਫਿਰੋਜ਼ਪੁਰ, ਉਹਨਾਂ ਦੀ ਰਹਿਨੁਮਾਈ ਵੇਖ ਅਸੀਂ ਆਰੰਭ ਕਰਨ ਲੱਗੇ ਹਾਂ। ਇੱਥੇ ਗੁਰੂ ਕਾ ਲੰਗਰ ਵੀ ਇਹਨਾਂ ਚਲਾਇਆ ਹੈ। ਸੰਗਤਾਂ ਕਲੀਨੋਂ ਬਾਅਦ 'ਚੋਂ ਬੁੱਘੇ ਵਾਲੇ ਤੋਂ ਬਘੇਲੇ ਵਾਲੇ ਦੀਆਂ ਹੋਰ ਹੀ ਕਈ ਪਿੰਡਾਂ ਦੀਆਂ ਵੀਰਾਂ ਘੱਤ ਕੇ ਆ ਰਹੀਆਂ। ਬੜਾ ਵੱਡਾ ਕਾਫਲਾ ਗੱਡੀਆਂ ਦਾ ਇੱਥੇ, ਮੇਰੇ ਹਿਸਾਬ 35-40 ਗੱਡੀਆਂ ਇੱਥੇ ਤੁਸੀਂ ਦੇਖ ਰਹੇ ਹੋ, ਬੱਸਾਂ ਵੀ ਲੈ ਕੇ ਚੱਲੇ ਨੇ। ਆਹ ਨਿੱਕੇ ਜਿਹੇ ਸੱਦੇ ਦੇ ਸੰਗਤਾਂ ਆਪ ਆਈਆਂ ਨੇ, ਕੋਈ ਲੀਡਰ ਨਹੀਂ, ਸਭ ਵਰਕਰ ਅਸੀਂ ਇੱਥੇ ਸਭ ਬਰਾਬਰ ਸਾਰਿਆਂ ਨੂੰ ਇੱਥੇ ਆਉਣ 'ਤੇ ਜੀ ਆਏ ਹਾਂ। ਜਿਨ੍ਹਾਂ ਨੇ ਟਾਈਮ ਕੱਢਿਆ ਕਿ ਉਹ ਸੀਜ਼ਨ ਦਾ ਟਾਈਮ ਹੈ, ਝੋਨੇ ਦੇ ਵਿੱਚ ਸਪਰੇਵਾਂ ਦਾ ਕੰਮ ਚੱਲ ਰਿਹਾ, ਪਰ ਫਿਰ ਵੀ ਸੰਗਤਾਂ ਆਈਆਂ ਨੇ। ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਰਦਾਰ ਜਗਮੇਜਾ ਸਿੰਘ ਨੂੰ ਜਿਹੜੀ ਜਿੱਤ ਹੈ ਉਹ ਅੱਜ ਯਕੀਨੀ ਹੋ ਗਈ ਹੈ। ਤੁਸੀਂ ਜੀਰੇ ਵੀ ਇਕੱਠ ਵੇਖ ਲੈਣਾ, ਪਿੰਡਾਂ ਪਿੰਡ 'ਚ ਜਾ ਕੇ ਵੇਖੋ, ਬਹੁਤ ਵੱਡਾ ਇਕੱਠ ਹੈ। ਆਹ ਜਿਹੜੀ ਜਿੱਤ ਉਹ ਯਕੀਨੀ ਹੋ ਚੱਲੀ ਹੈ। ਇਹਨਾਂ ਵਰਕਰਾਂ ਨੇ ਤਗੜੇ ਹੋ ਗਏ, ਜਿਹੜਾ 2-4 ਮਹੀਨੇ ਰਹਿ ਗਏ ਨੇ, ਇਹ ਆਪੋ ਨਹੀਂ ਜ਼ਿੰਮੇਵਾਰੀ ਸਮਝ ਕੇ ਆਪਾਂ ਵੇਸਲੇ ਨਹੀਂ ਹੋਣਾ ਵੀ ਐਡਾ ਵੱਡਾ ਇਕੱਠ ਹੋ ਗਿਆ, ਅਸੀਂ ਜਿੱਤ ਗਏ ਹਾਂ। ਆਪਾਂ ਨੂੰ ਕੋਈ ਖੋਰਾ ਨਾ ਲਾ ਜੇ ਇਸ ਪਰ, ਆਪਾਂ ਤਗੜੇ ਹੋ ਗਏ। ਇੱਕ ਇੱਕ ਵੋਟ ਜਿੰਨਾ 'ਚ ਨਹੀਂ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਭੇਜਦੇ, ਉਹਨਾਂ 'ਚ ਰਹਿਣ, ਆਪਦੇ ਖੇਤ ਦੀ ਰਾਖੀ ਕਰਨੀ, ਬੋਲ ਬਣਾ ਲਿਆ ਬੋਲ ਦੀ ਰਾਖੀ ਕਰਨੀ ਹੈ। ਇੰਨਾ ਕੁਛ ਕਹਿੰਦਾ ਮੱਖੀ ਮਾਂ ਜਲ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।